ਕਿਸੇ ਮੁਲਕ ਦੀ ਸੀ ਕੋਈ ਫੌਜ ਫੌਜੀ ਸਨ ਭੱਟ ਸਾਹਿਬ ਤੇ ਉਹ ਖੋਤਾ ਚੁੱਕੀ ਲੈ ਜਾਂਦੇ ਹੁਣ ਤੇ ਉਹ ਦੂਸਰੇ ਮੁਲਕ ਦੀ ਫੌਜ ਨੇ ਵੇਖਿਆ ਉਹਨਾਂ ਨੇ ਕਿਹਾ ਯਾਰ ਆਪਾਂ ਆਪਦੇ ਫੌਜੀ ਜ਼ਖਮੀ ਛੱਡ ਕੇ ਭੱਜ ਜਾਂਦੇ ਹਾਂ ਇਹ ਗੋਤੇ ਵੀ ਚੁੱਕੀ ਜਾਂਦੇ ਆਪਾਂ ਆਪਦੀਆਂ ਲਾਸ਼ਾਂ ਛੱਡ ਕੇ ਭੱਜ ਜਾਂਦੇ ਇਹ ਖੋਤੇ ਨੂੰ ਚੁੱਕੀ ਫਿਰਦੇ ਨੇ ਉਹਨਾਂ ਨੇ ਨਾ ਸੁੱਲਾ ਦਾ ਸੋਚ ਲਿਆ ਉਹਨੇ ਕਿਹਾ ਆਪਣੀ ਸੁੱਲਾ ਅਸੀਂ ਹਥਿਆਰ ਸੁੱਟਦੇ ਜਿਹੜਾ ਇਲਾਕਾ ਚਾਹੀਦਾ ਸਾਰਾ ਇਲਾਕਾ ਵੀ ਤੁਹਾਨੂੰ ਦਿੱਤਾ ਵੀ ਤੁਸੀਂ ਐਡੇ ਰਹਿਮ ਦਿਲ ਐਡੇ ਅੱਛੇ ਲੋਕ ਖੋਤੇ ਦੀ ਰਿਸਪੈਕਟ ਕਰਦੇ ਜੇ ਅਤੇ ਉਹਨਾਂ ਨੇ ਖੈਰ ਜੀ ਸੁਲਾ ਸਲਾਹ ਹੋਈ ਅਤੇ ਬਾਅਦ 'ਚ ਉਹਨੇ ਕਿਹਾ ਵੀ ਤੁਸੀਂ ਐਡੀ ਇੱਜ਼ਤ ਕਿਉਂ ਦਿੰਦੇ ਉਹਨੇ ਕਿਹਾ ਇੱਜ਼ਤ ਨਹੀਂ ਦਿੰਦੇ ਸੀ ਇਹ ਖੋਤੇ ਨੂੰ ਤਾਂ ਅਸੀਂ ਤਾਂ ਚੁੱਕਿਆ ਵੀ ਇਹ ਬਗੈਰ ਸਾਡੇ ਤੋਂ ਅੱਗੇ ਅੱਗੇ ਜਾ ਕੇ ਬਰੂਦੀ ਸੁਰੰਗਾਂ 'ਤੇ ਚੜ੍ਹ ਜਾਂਦੇ ਇਹਨੇ ਸਾਡੇ ਨੌ ਫੌਜੀ ਮਰਵਾ ਦਿੱਤੇ ਆਪ ਤਾਂ ਨਿਕਲ ਜਾਂਦਾ ਪਿੱਛੋਂ ਸਾਡੇ ਫੌਜੀ ਮਾਰੇ ਜਾਂਦੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਆਪਾਂ ਵੋਢਿਆਂ 'ਤੇ ਚੁੱਕੀ ਫਿਰਦੇ ਅਤੇ ਲੋਕਾਂ ਨੂੰ ਲੱਗਦਾ ਵੀ ਇੰਨੀ ਬੜੀ ਇੱਜ਼ਤ ਅਤੇ ਬੜੀ ਰਿਸਪੈਕਟ ਕਰਦੇ ਲੇਕਿਨ ਗੱਲ ਇਹ ਵੀ ਸਾਨੂੰ ਤਾਂ ਪਤਾ ਨਾ ਵੀ ਅਸੀਂ ਖੋਤਾ ਨੁਕਸਾਨ ਦਾ ਕਰਕੇ ਚੁੱਕਿਆ